ਸਾਡੇ ਚੈਨਲ 'ਤੇ ਮਜ਼ੀਦ ਦਿਓ ਜੀ ਵੀਡੀਓ ਦੇਖਣ ਵਾਸਤੇ ਮਲਿਕ ਇਮਰਾਨ ਵਲਾਗ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਕੋਲੋਂ ਪਹੁੰਚ ਸਕੇ। ਸ਼ੁਕਰੀਆ। ਅਸਲਾਮ ਅਲੈਕੁਮ, ਮੈਂ ਹਾਂ ਮਲਿਕ ਇਮਰਾਨ, ਆਪ ਦੇਖ ਰਹੇ ਹਮਾਰਾ ਯੂਟਿਊਬ ਚੈਨਲ ਮਲਿਕ ਇਮਰਾਨ ਵਲਾਗ। ਉਮੀਦ ਕਰਤਾ ਹੂੰ ਆਪ ਠੀਕ ਠਾਕ ਹੋਗੇ। ਅੱਲਾਹ ਕੇ ਕਰਮ ਔਰ ਫਜ਼ਲ ਸੇ ਆਜ ਕਾ ਵਲਾਗ ਕਰਤੇ ਹੈਂ ਸਟਾਰਟ। ਅੱਜ ਚੌਦਾਂ ਅਗਸਤ ਅਤੇ ਬਾਲ ਝੰਡੀਆਂ ਨੇ ਦੱਸਣ ਸਲਤਨਤ ਮੰਜ਼ਲੇ ਮੁਰਾਦ ਪਰਚਮੇ ਸਿਤਾਰਾ ਹੋਏ ਲਾਲ ਰਹਿਬਰੇ ਤਰੱਕੀ ਹੋ ਕਮਾਲ ਤਰਜਮਾਨੇ ਮਾਦਿਸ਼ਾਨੇ ਆਲ ਜਾਨੇ ਇਸਤਕਬਾਰ ਸਾਏ ਖੁਦਾ ਜਲਾਲ ਪਾਕਿਸਤਾਨ ਜ਼ਿੰਦਾਬਾਦ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਗਿਨੋ ਅਤੇ ਵੱਲ ਕਰੇ ਨੇ ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ। ਮਾਸ਼ਾ ਅੱਲਾਹ 14 ਅਗਸਤ ਅਤੇ ਬਾਲ ਝੰਡੀਆਂ ਲੈਂਦੇ ਉਹ ਦਿਨ, ਅਤੇ ਮੈਂ ਵੀ ਇਹ ਝੰਡਾ ਲੈਂਦਾ ਪਈ ਹਾਂ ਇਸ ਛੱਤ ਦੇ ਉੱਤੇ ਲੈਣੇ ਨੇ, ਨਵੇਂ ਮਕਾਨ ਆਏ ਛੱਤ ਦੇ ਉੱਤੇ ਲੈਂਦੇ ਪਏ ਇਹਨਾਂ ਨਵੇਂ ਮਕਾਨਾਂ ਦੀ ਛੱਤ ਦੇ ਉੱਤੇ ਲੈਂਦੇ ਪਏ ਝੰਡੀਆਂ। ਇਹ ਝੰਡਾ ਵੀ ਉਸ ਛੱਤ ਦੇ ਉੱਤੇ ਲੈਂਦੇ ਪਏ। ਕਿਉਂ ਲੈਂਦੇ ਪਏ ਵੇ? 14 ਅਗਸਤ ਦਾ ਕੀ ਮਤਲਬ ਹੈ? 14 ਅਗਸਤ ਪਾਕਿਸਤਾਨ ਬਣਾਈ, ਕਿਹੜੇ ਸਾਲ ਨੂੰ ਬਣਾਏ ਪਾਕਿਸਤਾਨ? 14 ਅਗਸਤ 1947। ਅਸਾਂ ਸਾਹਮਣੇ ਵਾਲੇ ਬਨੇਰੇ ਦੇ ਉੱਤੇ ਇਸ ਜਗ੍ਹਾ 'ਤੇ ਝੰਡਾ ਲੈਂਦੇ ਪਏ, ਤੁਹਾਨੂੰ ਲਿਖਿਆ ਨੇ ਕਿਸ ਤਰੀਕੇ ਝੰਡਾ ਲੱਗਦੇ। ਮਾਸ਼ਾ ਅੱਲਾਹ ਚੈੱਕ ਕਰੋ ਸਾਡਾ ਕੌਮੀ ਪਰਚਮ ਕਿਤਨਾ ਖੂਬਸੂਰਤ ਲੱਗਦਾ ਹਲੇ। ਇੱਟਾਂ ਰੱਖ ਕੇ ਉੱਤੇ ਬਨੇਰੇ ਵਿੱਚ ਲਾ ਦਿੱਤਾ ਸੀ। ਮਾਸ਼ਾ ਅੱਲਾਹ ਕਿਤਨਾ ਖੂਬਸੂਰਤ ਲੱਗਦਾ ਹਲੇ। ਮਾਸ਼ਾ ਅੱਲਾਹ ਚੈੱਕ ਕਰੋ ਕਿਤਨਾ ਖੂਬਸੂਰਤ ਲੱਗਦਾ ਹਲੇ। ਉੱਤੋਂ ਬਦਲ ਹਨ, ਬਦਲ ਵੀ ਖੂਬਸੂਰਤ ਲੱਗਦੇ ਹਨ, ਥੱਲੇ ਝੰਡਾ ਵੀ ਸਾਡਾ ਖੂਬਸੂਰਤ ਲੱਗਦਾ ਹਲੇ। ਅਤੇ ਅਲਹਮਦੁਲਿਲਾ ਅੱਜ ਸਾਡਾ ਖਰੀਦ ਦਾ ਪ੍ਰੋਗਰਾਮ ਵੀ ਹੈ, ਸਮਾਨ ਸਮਾਨ ਮੁਕੰਮਲ ਕਹਿੰਦਾ ਹੈ ਅਤੇ ਗੋਸ਼ਤ ਵੀ ਆ ਚੁੱਕਾ ਹੈ ਅਤੇ ਦੇਗ ਹੁਣ ਪਕਾਉਂਦੇ ਪਏ। ਦੇਗ ਪਕਾ ਕੇ ਅਤੇ ਥੋੜ੍ਹੇ ਜਿਹੇ ਬੰਦਿਆਂ ਨੂੰ ਵੀ ਸੱਦਣਾ ਖਰੀਦ 'ਤੇ ਇਨਵਾਈਟ ਕਰਨਾ ਅਤੇ ਇਹ ਸਾਡੀ ਦੇਗ ਹੈ, ਇਹਨੇ ਮਿਸਾਲਾਂ ਬਣਾਈ ਖਾਣਾ ਗੋਸ਼ਤ ਪਕਾ ਕੇ। ਦੇਗ ਪਕਾ ਕੇ ਅਤੇ ਇਮਾਮ ਨੂੰ, ਇਮਾਮ ਮਸਜਿਦ ਨੂੰ ਫੋਨ ਕਰੇ ਸੁਣਾ ਕੇ ਖਤਮ ਸ਼ਰੀਫ ਪੜ੍ਹ ਲਿਆ ਸੀ। بسم الله الرحمن الرحيم قل يا أيها الكافرون لا أعبد ما تعبدون ولا أنتم عابدون ما أعبد ولا أنا عابد ما عبدتم ولا أنتم عابدون ما أعبد لَكُمْ دِينُكُمْ وَلِيَ دِينِ بِسْمِ اللَّهِ الرَّحْمَنِ الرَّحِيمِ قُلْ هُوَ اللَّهُ أَحَدٌ اللَّهُ الصَّمَدُ لَمْ يَلِدْ وَلَمْ يُولَدْ وَلَمْ يَكُنْ لَهُ كُفُوًا أَحَدٌ بِسْمِ اللَّهِ الرَّحْمَنِ ثواب حاضرین نے جو پڑھ کے مل کے تینے دے ثواب ذکر اذکار دے ثواب اس خیرات وان دے ثواب تحفتا حدیہ نظریہ عقیدہ حضور پر نور آقا علیہ الصلوۃ والسلام دی بارگاہ اقدس کے اندر پیش کرنے ہیں اللہ مقبول آمین۔ آقا علیہ الصلوۃ والسلام دے طفیل تمام انبیاء کرام صحابہ کرام شہداء کربلا دے روح پیش کرنے ہیں اللہ مقبول منظور آمین۔ یہی جب وقت اخیر ہو تو سامنے چہرہ اسراج منیر ہو زبان پہ جاری یہ تقریر ہو لا الہ الا اللہ۔ Thank you.
माशाल्लाह सूरज भी गुरूब हो चुका है, माशाल्लाह सूरज गुरूब हो गई थी। थैंक करने सा अज जी अपने वीडियो एंड ते सारे दीवार बड़ा इंजॉय किया 14 अगस्त। अल्लाह ताला सारे पाकिस्तान ता क़यामत आबाद शाद रखे। थैंक करने सा अज जी वीडियो एंड अगर वीडियो मेरी अच्छी लगे तो मेरे यूट्यूब चैनल को सब्सक्राइब करो। सो तो मिलते हैं एक नवी वीडियो नाल, तब तक के लिए अल्लाह हाफिज़।